ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਤਸੰਗਤ ਜੀ, ਜਿਵੇਂ ਸਾਰੇ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ, ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ 18 ਅਕਤੂਬਰ ਤੋਂ 30 ਅਕਤੂਬਰ ਤੱਕ ਜੋ ਰੋਜ਼ਾਨਾ ਅੰਮ੍ਰਿਤ ਵੇਲੇ 4 ਤੋਂ 6 ਵਜੇ ਤੱਕ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਰੋਜ਼ਾਨਾ ਅੰਮ੍ਰਿਤ ਵੇਲੇ ਦੇ ਸਮਾਗਮ ਪ੍ਰਾਰੰਭ ਹੋ ਚੁੱਕੇ ਨੇ, ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਣਾਂ 'ਚ ਬੇਨਤੀ ਪਿਆਰੇ ਹੋ, ਵਹੀਰਾਂ ਘੱਤ ਕੇ ਸਾਰੀਆਂ ਸੰਗਤਾਂ ਅੰਮ੍ਰਿਤ ਵੇਲੇ ਇਹਨਾਂ ਦੀਵਾਨਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਪਹੁੰਚੋ। ਜਿਵੇਂ ਪੁਰਾਣੇ ਸਮਿਆਂ ਦੇ ਵਿੱਚ ਵੇਖਣ 'ਚ ਆਉਂਦੀ ਸੀ ਇਹ ਗੱਲ ਕਿ ਜਦੋਂ ਅਸੀਂ ਕਿਤੇ STD ਕਾਲ ਲਗਾਉਣੀ ਹੁੰਦੀ ਸੀ ਅਤੇ PCO 'ਤੇ ਜਾ ਕੇ ਅਸੀਂ ਰਾਤ ਦਾ ਸਮਾਂ ਨਿਯੁਕਤ ਕਰਦੇ ਸਾਂ ਕਿ ਰਾਤ ਨੂੰ ਜਾ ਕੇ ਜੇ ਕਾਲ ਲਗਾਵਾਂਗੇ ਉਹਦੇ ਨਾਲ ਗੱਲ ਵੀ ਲੰਬੀ ਹੋਏਗੀ ਔਰ ਬਿੱਲ ਵੀ ਘੱਟ ਆਏਗਾ। ਇਸੇ ਤਰ੍ਹਾਂ ਮਹਾਂਪੁਰਖਾਂ ਦੇ ਬਚਨ ਨੇ, ਜਿਹੜੀ ਅਰਜ਼ੀ ਤੇਰੀ ਕਬੂਲ ਨਹੀਂ ਨਾ ਹੋ ਰਹੀ, ਜਦੋਂ ਤੂੰ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਚਰਨਾਂ ਦੇ ਧਿਆਨ ਵਿੱਚ ਜੁੜੇਗਾ, ਤੇਰੀ ਹਰ ਅਰਜ਼ੀ ਜਲਦੀ ਕਬੂਲ ਹੋ ਜਾਏਗੀ, ਮਿਹਨਤ ਵੀ ਘੱਟ ਲੱਗੇਗੀ ਔਰ ਲਾਭ ਜ਼ਿਆਦਾ ਹੋਏਗਾ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਜੀ ਦੇ ਕੋਲ ਇੱਕ ਸਰੀਰ ਆਇਆ ਅਤੇ ਆ ਕੇ ਬਾਬਾ ਆਨੰਦ ਸਿੰਘ ਸਾਹਿਬ ਨੂੰ ਉਹਨੇ ਇੰਨੀ ਬੇਨਤੀ ਕੀਤੀ, ਮਹਾਂਪੁਰਖੋ ਦੁੱਖਾਂ ਦੇ ਵਿੱਚ ਘਿਰਿਆ ਪਿਆ। ਦੂਜੀ ਉਹਨੇ ਗੱਲ ਕਹੀ, ਗਰੀਬੀ ਬਹੁਤ ਜ਼ਿਆਦਾ ਹੈ ਅਤੇ ਮਹਾਂਪੁਰਖੋ ਘਰ ਦੇ ਵਿੱਚ ਕਲੇਸ਼ ਵੀ ਬਹੁਤ ਜ਼ਿਆਦਾ ਹੈ ਅਤੇ ਆਪ ਜੀ ਕਿਰਪਾ ਕਰੋ, ਇਹ ਚੀਜ਼ਾਂ ਮੇਰੇ ਘਰ ਵਿੱਚੋਂ ਹਟ ਜਾਣ, ਕੋਈ ਉਪਾਅ ਦੱਸੋ, ਕੋਈ ਰਸਤਾ ਦੱਸੋ। ਅਤੇ ਨਾਲ ਹੀ ਅਗਲੀ ਗੱਲ ਕਰਦਾ, ਕਹਿੰਦਾ ਮੈਨੂੰ ਇਉਂ ਲੱਗਦਾ ਜਿਵੇਂ ਕਿਸੇ ਨੇ ਮੇਰੇ 'ਤੇ ਕੁਝ ਕੀਤਾ। ਅਤੇ ਬਾਬਾ ਆਨੰਦ ਸਿੰਘ ਸਾਹਿਬ ਹੱਸ ਪਏ ਅਤੇ ਕਹਿਣ ਲੱਗੇ, ਭੋਲਿਆ ਕਿਸੇ ਦੇ ਕੀਤਿਆਂ ਕਦੀ ਵੀ ਕੁਝ ਨਹੀਂ ਹੁੰਦਾ, ਦੰਦਾ ਦੋਸ਼ ਨਾ ਦੇਹੂੰ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਕਹਿੰਦਾ ਮਹਾਂਪੁਰਖੋ ਪਰ ਕਲੇਸ਼ ਬਹੁਤ ਜ਼ਿਆਦਾ ਹੈ, ਗਰੀਬੀ ਬਹੁਤ ਜ਼ਿਆਦਾ, ਦੁੱਖਾਂ ਵਿੱਚ ਘਿਰਿਆ ਪਿਆ, ਬੈਂਕ ਤੋਂ ਲੋਨ ਲਿਆ ਸੀ, ਕਿਸ਼ਤਾਂ ਸਮੇਂ ਸਿਰ ਮੋੜ ਨਹੀਂ ਸਕਿਆ, ਸੰਪਤੀ ਵੀ ਜ਼ਬਤ ਹੋ ਗਈ ਹੈ। ਮੈਂ ਕੇਵਲ ਟੂਕ ਮਾਤਰ ਇਸ਼ਾਰਾ ਦੇ ਰਿਹਾ, ਸਮਝਿਓ ਗੱਲ ਨੂੰ। ਜਦੋਂ ਇਹ ਗੱਲਾਂ ਸਾਰੀਆਂ ਕੀਤੀਆਂ, ਨਾਲ ਇੰਨੀ ਗੱਲ ਕਹੀ, ਮਹਾਂਪੁਰਖੋ ਜਦੋਂ ਦੀ ਮੇਰੇ ਕੋਲੋਂ ਮਾਇਆ ਗਈ ਹੈ ਉਦੋਂ ਦਾ ਰਿਸ਼ਤੇਦਾਰਾਂ ਨੇ ਵੀ ਮੂੰਹ ਮੋੜ ਲਏ, ਸਾਖ ਸੰਬੰਧੀ ਵੀ ਚਲੇ ਗਏ ਨੇ, ਕੋਈ ਮੈਨੂੰ ਹੱਲ ਦੱਸੋ ਕਿ ਮੇਰੇ ਘਰ ਦੇ ਵਿੱਚੋਂ ਕਲੇਸ਼ ਨਿਕਲ ਜਾਵੇ, ਦੁੱਖ ਗਰੀਬੀ ਨਿਕਲ ਜਾਣ, ਜੋ ਬਿਮਾਰੀਆਂ ਦਾ ਪਹਿਰਾ ਨਿਕਲ ਜਾਵੇ। ਅਤੇ ਮਹਾਂਪੁਰਖ ਉਸ ਵੇਲੇ ਪਤਾ ਕੀ ਕਹਿੰਦੇ, ਕਹਿਣ ਲੱਗੇ, ਪਿਆਰਿਆ ਤੂੰ ਇਉਂ ਕਰ, ਸਿਮਰਨ ਕਰਿਆ ਕਰ, ਨਾਮ ਜਪਿਆ ਕਰ, ਸਤਸੰਗ ਕਰਿਆ ਕਰ, ਅਤੇ ਜਦੋਂ ਤੂੰ ਸੇਵਾ ਕਰੇਗਾ, ਸਿਮਰਨ ਕਰੇਗਾ, ਸਤਸੰਗ ਕਰੇਗਾ, ਤੇਰੇ ਪੁੰਨ ਬਣ ਜਾਣਗੇ, ਅਤੇ ਜਦੋਂ ਪੁੰਨ ਬਣਨਗੇ ਇਹ ਸਾਰੀਆਂ ਚੀਜ਼ਾਂ ਤੇਰੇ ਘਰੋਂ ਨਿਕਲ ਜਾਣਗੀਆਂ। ਅਤੇ ਇਹ ਭੋਲਾ ਸੀ ਪਤਾ ਕੀ ਕਹਿੰਦਾ ਅੱਗੋਂ, ਕਹਿਣ ਲੱਗਾ ਮਹਾਂਪੁਰਖੋ ਸੇਵਾ ਕਰਾਂ, ਸਿਮਰਨ ਕਰਾਂ, ਸਤਸੰਗ ਕਰਾਂ, ਇਹ ਤਾਂ ਬੜਾ ਲੰਬਾ ਰਸਤਾ ਹੈ, ਪੁੰਨ ਬਣਨਗੇ ਉਸ ਤੋਂ ਬਾਅਦ ਫਿਰ ਇਹ ਚੀਜ਼ਾਂ ਦੂਰ ਹੋਣਗੀਆਂ ਘਰ 'ਚੋਂ, ਕੋਈ ਸ਼ੋਰਟਕੱਟ ਰਸਤਾ ਦੱਸੋ। ਅਤੇ ਮਹਾਂਪੁਰਖ ਹੱਸ ਪਏ, ਕਹਿਣ ਲੱਗੇ ਸ਼ੋਰਟਕੱਟ ਰਸਤਾ ਹੈ, ਚੱਲ ਪਏਗਾ ਜੀ, ਆਪ ਜੀ ਹੁਕਮ ਤੇ ਕਰੋ। ਕਹਿੰਦੇ ਫਿਰ ਰੋਜ਼ਾਨਾ ਉੱਠਣਾ ਅੰਮ੍ਰਿਤ ਵੇਲੇ 2 ਵਜੇ, 2 ਤੋਂ ਲੈ ਕੇ 2:30 ਵਜੇ ਤੱਕ ਇਸ਼ਨਾਨ ਪਾਣੀ ਕਰਨਾ, ਉਸ ਤੋਂ ਬਾਅਦ 2:30 ਤੋਂ ਲੈ ਕੇ 3 ਵਜੇ ਤੱਕ ਟੱਲੀਆਂ ਹੱਥ ਵਿੱਚ ਫੜ ਕੇ ਆਪਣੇ ਇਲਾਕੇ ਦੇ ਵਿੱਚ, ਇਹ ਜਗਰਾਉਂ ਦੇ ਇਲਾਕੇ ਦਾ ਸੀ, ਕਹਿੰਦੇ ਆਪਣੇ ਇਲਾਕੇ ਦੇ ਵਿੱਚ ਟੱਲੀਆਂ ਫੜ ਕੇ ਇੱਕ ਹੌਕਾ ਦੇਣਾ, ਉੱਠ ਜਾਗ ਸਵੇਰੇ ਜੀ, ਮਨਾ ਤੇਰੇ ਨਾਮ ਜਪਣ ਦਾ ਵੇਲਾ। ਕਹਿੰਦੇ ਉਸ ਤੋਂ ਬਾਅਦ 3 ਵਜੇ ਘਰ ਆ ਕੇ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ, 1 ਓਅੰਕਾਰ ਤੋਂ ਨਾਨਕ ਹੋਸੀ ਪੀ ਸੱਚ ਤੱਕ ਦਾ। ਕਹਿੰਦੇ ਘੱਟ ਤੋਂ ਘੱਟ ਇੰਨਾ ਜਾਪ ਕਰਨਾ, ਵੱਧ ਜਿੰਨਾ ਮਰਜ਼ੀ ਕਰ ਲਈ। ਅਤੇ ਉਸ ਸਮੇਂ ਬਾਬਾ ਆਨੰਦ ਸਿੰਘ ਜੀ ਕਹਿੰਦੇ ਇਸ ਤੋਂ ਸ਼ੋਰਟਕੱਟ ਰਸਤਾ ਹੋਰ ਦੂਜਾ ਕੋਈ ਨਹੀਂ। ਅਤੇ ਜਦੋਂ ਤੁਰਨ ਲੱਗਾ ਨਾ, ਅਤੇ ਮਹਾਂਪੁਰਖਾਂ ਨੇ ਇੱਕ ਬਚਨ ਕੀਤਾ, ਕਹਿੰਦੇ ਪਿਆਰਿਆ ਜਾ ਰਿਹਾ, ਜਦੋਂ ਤੂੰ ਅੰਮ੍ਰਿਤ ਵੇਲੇ ਹੌਕਾ ਦੇਵੇਂਗਾ ਨਾ, ਟੱਲੀਆਂ ਫੜ ਕੇ ਉੱਠ ਜਾਗ ਸਵੇਰੇ ਜੀ, ਮਨਾ ਤੇਰੇ ਨਾਮ ਜਪਣ ਦਾ ਵੇਲਾ, ਇੱਕ ਚੀਜ਼ ਆਪਣੇ ਧਿਆਨ ਵਿੱਚ ਰੱਖੀ, ਜੇ 15-20 ਵੀ ਤੇਰੇ ਇਸ ਉੱਦਮ ਉਪਰਾਲੇ ਦੇ ਨਾਲ ਜੁੜ ਗਏ, ਜਿੰਨੀ ਉਹ ਬੰਦਗੀ ਕਰਨਗੇ, ਜਿੰਨਾ ਉਹ ਜਪ ਤਪ ਕਰਨਗੇ, ਉਹਦਾ ਸਦਕਾ ਤੇਰੇ ਵੀ ਜਲਦੀ ਪੁੰਨ ਬਣਨਗੇ, ਔਰ ਜਿੰਨੀ ਉਹ ਕਮਾਈ ਕਰਨਗੇ ਉਹਨਾਂ ਦੀ ਕਮਾਈ ਦਾ 10ਵਾਂ ਹਿੱਸਾ ਤੇਰੀ ਝੋਲੀ ਵਿੱਚ ਐਟੋਮੈਟਿਕ ਪੈਂਦਾ ਜਾਏਗਾ। ਉਹਨੇ ਮਹਾਂਪੁਰਖਾਂ ਦਾ ਬਚਨ ਮੰਨਿਆ, ਇਲਾਕੇ ਵਿੱਚ ਆਇਆ ਆਪਣੇ, ਉਸੇ ਤਰ੍ਹਾਂ ਰੋਜ਼ਾਨਾ ਅੰਮ੍ਰਿਤ ਵੇਲੇ 2 ਵਜੇ ਉੱਠਣਾ ਸ਼ੁਰੂ ਕੀਤਾ, 2:30 ਵਜੇ ਤੱਕ ਇਸ਼ਨਾਨ ਕਰਕੇ 2:30 ਤੋਂ 3
ਤਲੀਆਂ ਹੱਥ ਵਿੱਚ ਫੜ ਕੇ ਹੌਕਾ ਦੇਣਾ ਸ਼ੁਰੂ ਕਰਤਾ, ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਬੇੜਾ। ਨਾਲ ਫਿਰ ਘਰ ਆ ਕੇ 2.5 ਘੰਟੇ ਮੂਲ ਮੰਤਰ ਦਾ ਜਾਪ ਕਰਨਾ, ਸ਼ਬਦ ਦੀ ਕਮਾਈ ਕਰਨੀ। ਅਤੇ ਇਹ ਜ਼ਿਕਰ ਦੇ ਵਿੱਚ ਲਿਖਿਆ ਹੈ, ਕਹਿੰਦੇ ਥੋੜ੍ਹੇ ਦਿਨਾਂ ਦੇ ਵਿੱਚ ਹੀ ਬਣਿਆ ਕਿ ਇਹਦੇ ਕੋਲ ਇੱਕ ਛੋਟਾ ਜਿਹਾ ਜ਼ਮੀਨ ਦਾ ਟੁਕੜਾ ਪਿਆ ਸੀ। ਜ਼ਮੀਨਾਂ ਦੇ ਰੇਟ ਵੱਧ ਗਏ, ਉਹ ਮਹਿੰਗੇ ਭਾਅ ਜ਼ਮੀਨ ਵਿਕ ਗਈ। ਜਦੋਂ ਮਹਿੰਗੇ ਭਾਅ ਜ਼ਮੀਨ ਵਿਕੀ, ਕਰਜ਼ੇ ਵੀ ਉੱਤਰ ਗਏ। ਬੈਂਕ ਦੇ ਜਿਹੜੇ ਲੋਨ ਸੀ ਉਹ ਕਰਜ਼ੇ ਉਹ ਜਿੱਥੇ ਉਤਰੇ, ਮਾਇਆ ਦਾ ਵੀ ਪ੍ਰਬੰਧ ਹੋਣਾ ਸ਼ੁਰੂ ਹੋ ਗਿਆ। ਅਤੇ ਨਾਲ ਪਿਆਰੇ ਉਹ ਜਿਹੜੇ ਰਿਸ਼ਤੇਦਾਰ ਮਿੱਤਰ ਦੋਸਤ ਨਾਰਾਜ਼ ਹੋ ਗਏ ਸੀ, ਰੁੱਸ ਕੇ ਚਲੇ ਗਏ, ਉਹ ਵੀ ਵਾਪਸ ਆ ਗਏ। ਅਤੇ ਅੱਜ ਇੰਨੀ ਕਿਰਪਾ, ਇੰਨੀ ਬਖਸ਼ਿਸ਼ ਹੈ, ਇਹ ਤਿੰਨ ਭਰਾ ਨੇ, ਤਿੰਨੇ ਦੇ ਤਿੰਨੇ ਕੈਨੇਡਾ ਸੈੱਟ ਨੇ ਪਰਿਵਾਰਾਂ ਸਮੇਤ। ਪਰ ਇਹਨਾਂ ਨੇ ਰੂਟੀਨ ਨਹੀਂ ਛੱਡੀ, ਹਰ ਤੀਜੇ ਚੌਥੇ ਮਹੀਨੇ ਮਹਾਰਾਜ ਜੀ ਦੀ ਕਿਰਪਾ ਦੇ ਨਾਲ, 3 ਮਹੀਨੇ ਇੱਕ ਭਰਾ ਹੁੰਦਾ, ਉਹ ਆਪਣੀ ਡਿਊਟੀ ਭੁਗਤਾਉਂਦਾ ਹੱਥ ਵਿੱਚ ਟੱਲੀਆਂ ਲੈ ਕੇ, ਉੱਠ ਜਾਗ ਸਵੇਰੇ ਜੀ ਮਨਾ ਤੇਰੇ ਨਾਮ ਜਪਣ ਦਾ ਵੇਲਾ। 3-4 ਮਹੀਨੇ ਉਹ ਰੁਕਦਾ, ਫਿਰ ਉਸ ਤੋਂ ਬਾਅਦ ਦੂਜਾ ਭਰਾ ਆ ਜਾਂਦਾ। ਕਿ ਜਿਸ ਡਿਊਟੀ ਨੇ, ਜਿਸ ਅੰਮ੍ਰਿਤ ਵੇਲੇ ਨੇ ਸਾਨੂੰ ਇਹ ਅੱਜ ਕਰੋੜਾਂ ਪਤੀ ਬਣਾ ਦਿੱਤਾ, ਸਾਡੇ ਸਾਰੇ ਪਰਿਵਾਰ ਨੂੰ ਬਾਹਰ ਸੈੱਟ ਕਰਾ ਦਿੱਤਾ, ਅਸੀਂ ਉਹ ਰੂਟੀਨ ਨਹੀਂ ਛੱਡਣੀ। ਇਹ ਮੇਰੀ ਨਿਮਰਤਾ ਸਹਿਤ ਬੇਨਤੀ ਪਿਆਰੇ ਹੋ। ਇਹ ਗੁਰੂ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਹੈ, ਅੰਮ੍ਰਿਤ ਵੇਲਾ ਸੰਭਾਲੋ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਅੰਮ੍ਰਿਤ ਵੇਲਾ ਨਹੀਂ ਛੱਡਿਆ। ਅਤੇ ਆਓ ਭਾਗਾਂ ਵਾਲਿਓ, ਆਪਣੇ ਦੁੱਖ ਤਕਲੀਫਾਂ ਨੂੰ ਦੂਰ ਕਰਾਓ। ਜਿਹੜੀਆਂ ਜਿਹੜੀਆਂ ਵੀ ਅਰਜ਼ੀਆਂ ਨੇ, ਜਿਹੜੀਆਂ ਜਿਹੜੀਆਂ ਵੀ ਤੁਹਾਡੀਆਂ ਮਨ ਦੀਆਂ ਮਨੋਕਾਮਨਾਵਾਂ ਨੇ, ਸਦਕੇ ਅੰਮ੍ਰਿਤ ਵੇਲੇ ਦੇ ਗੁਰੂ ਰਾਮਦਾਸ ਜੀ ਨੇ, ਬਾਬਾ ਦੀਪ ਸਿੰਘ ਜੀ ਨੇ ਪੂਰੀਆਂ ਕਰ ਦੇਣੀਆਂ। ਇਹ 30 ਅਕਤੂਬਰ ਤੱਕ ਰੋਜ਼ਾਨਾ ਅੰਮ੍ਰਿਤ ਵੇਲੇ ਦੇ ਸਮਾਗਮ 4 ਤੋਂ 6 ਵਜੇ ਤੱਕ ਦੇ ਚੱਲ ਰਹੇ ਨੇ। ਸਾਰੇ ਰੁਝੇਵਿਆਂ ਨੂੰ ਤਿਆਗ ਕੇ, ਜੋ ਪਰਿਵਾਰਾਂ ਸਮੇਤ ਵਹੀਰਾਂ ਘੱਤ ਕੇ ਜਿੱਥੇ ਪਹੁੰਚੋ, ਅਤੇ ਜਿਹੜੇ ਦੂਰ ਦਰੇਡੇ ਵਾਲੇ ਨੇ ਉਹ ਇੱਥੇ ਆ ਕੇ ਭਲਾਈ ਕੇਂਦਰ ਵਿਖੇ ਰਹਿਣਾ ਸ਼ੁਰੂ ਕਰ ਦਿਓ। 3 ਟਾਈਮ ਦਾ ਪ੍ਰਸ਼ਾਦਾ ਪਾਣੀ ਵੀ ਤਿਆਰ ਹੁੰਦਾ ਮਹਾਰਾਜ ਜੀ ਦੀ ਮਿਹਰ ਦੇ ਨਾਲ, ਔਰ ਬੜਾ ਸੋਹਣਾ ਪ੍ਰਬੰਧ ਉੱਥੇ ਮਹਾਂਪੁਰਖਾਂ ਵੱਲੋਂ ਕੀਤਾ ਗਿਆ। ਅਤੇ ਮੇਰੀ ਬੇਨਤੀ, ਆਓ ਆਪਣੀ ਗਰੀਬੀ, ਆਪਣੇ ਦੁੱਖ ਕਟਵਾਉਣ ਦਾ ਵੇਲਾ, ਆਪਣੀਆਂ ਅਰਜ਼ੀਆਂ ਬਾਪੂ ਜੀ ਦੇ ਚਰਨਾਂ ਵਿੱਚ ਲਵਾਉਣ ਦਾ ਵੇਲਾ। ਜਿਨ੍ਹਾਂ ਦੇ ਵੀਜ਼ੇ ਨਹੀਂ ਲੱਗਦੇ, ਕਾਰੋਬਾਰ ਨਹੀਂ ਚੱਲਦੇ, ਬਰਕਤਾਂ ਨਹੀਂ ਪੈਂਦੀਆਂ, ਆਓ ਗੁਰੂ ਰਾਮਦਾਸ ਜੀ ਦੇ ਆਗਮਨ ਪੁਰਬ ਦੇ ਉੱਤੇ ਗੁਰੂ ਰਾਮਦਾਸ ਜੀ ਦੀਆਂ ਬਰਕਤਾਂ ਲੁੱਟ ਲਈਏ। ਗੁਰੂ ਕਿਰਪਾ ਕਰੇ, ਭੁੱਲਿਓ ਨਾ, 30 ਅਕਤੂਬਰ ਤੱਕ ਇਹ ਅੰਮ੍ਰਿਤ ਵੇਲਿਆਂ ਦਾ ਪ੍ਰਵਾਹ ਚੱਲ ਰਿਹਾ, ਅਤੇ ਇਹਦੇ ਤੋਂ ਲਾਭ ਸਾਰੀਆਂ ਸੰਗਤਾਂ ਨੇ ਲੈਣਾ। ਇਹ ਰੋਜ਼ਾਨਾ ਹੀ ਸਾਰਾ ਸਮਾਗਮ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਉੱਤੇ ਲਾਈਵ ਵੀ ਦਿਖਾਇਆ ਜਾਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਿਆਰ ਨਾਲ ਸਾਰੇ ਆਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਸੱਚ ਪਾਤਸ਼ਾਹ ਜੀ ਨੇ ਤਰਸ ਕੀਤਾ ਆਪਣੇ ਪਾਵਨ ਪਵਿੱਤਰ ਆਗਮਨ ਪੁਰਬ ਦੇ ਸੰਬੰਧ ਦੇ ਵਿੱਚ। 13 ਦਿਨਾਂ ਦਾ ਅੰਮ੍ਰਿਤ ਵੇਲਾ ਸਾਡੇ ਸਾਰਿਆਂ ਦੀ ਝੋਲੀ 'ਚ ਪਾਇਆ। ਅੱਜ ਪਹਿਲੇ ਦਿਨ ਦੀ ਸੇਵਾ ਬਾਪੂ ਜੀ ਲੈ ਰਹੇ ਨੇ। ਬੇਅੰਤ ਪਰਿਵਾਰਕ ਮੈਂਬਰ ਗੁਰੂ ਜੀ ਦੀ ਗੋਦ ਦੇ ਵਿੱਚ ਇਸ ਪਾਵਨ ਪਵਿੱਤਰ ਸਥਾਨ 'ਤੇ ਜਿੱਥੇ ਜੁੜੇ ਨੇ, ਜੁੜ ਰਹੇ ਨੇ, ਉੱਥੇ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਬੇਅੰਤ ਪਰਿਵਾਰਕ ਮੈਂਬਰ ਸਾਡੇ ਯੂਟਿਊਬ ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਦੇ ਮਾਧਿਅਮ ਰਾਹੀਂ ਦੇਸ਼ਾਂ ਵਿਦੇਸ਼ਾਂ ਪ੍ਰਦੇਸਾਂ 'ਚ, ਪਿੰਡਾਂ ਨਗਰਾਂ ਸ਼ਹਿਰਾਂ 'ਚ ਜੁੜੇ ਨੇ। ਸਨੇਮਰ ਬੇਨਤੀ, ਯੂਟਿਊਬ ਦੇ ਰਾਹੀਂ ਜਿਹੜੇ ਜੁੜੇ ਹੋ, 5-5 ਦਸਾਂ ਨੂੰ, 20-20 ਨੂੰ ਇਹ ਲਿੰਕ ਸ਼ੇਅਰ ਕਰ ਦਿਓ, ਔਰ ਉਹਨਾਂ ਨੂੰ ਕਹੋ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਲੈ ਲੈ। ਜੋ ਪਿਤਾ ਜੀ ਦਾ ਬਚਨ ਹੈ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲ ਕੇ ਉੱਠ ਹਰ ਨਾਮ ਧਿਆਵੇ। ਇਹ ਮਹਾਰਾਜ ਜੀ ਦੇ ਬਚਨ ਨੂੰ ਕਮਾਉਣ ਦਾ ਸਮਾਂ ਹੈ, ਪਿਤਾ ਜੀ ਦੀਆਂ ਖੁਸ਼ੀਆਂ ਲੈਣ ਦਾ ਸਮਾਂ ਹੈ। ਢੰਡੋਰਾ ਦੇ ਦਿਓ ਹਰ ਜਗ੍ਹਾ ਦੇ ਉੱਤੇ, ਪਿਆਰਿਆ ਤੂੰ ਅੰਮ੍ਰਿਤ ਵੇਲਾ ਸੰਭਾਲ ਲੈ, ਗੁਰੂ ਰਾਮਦਾਸ ਜੀ, ਬਾਬਾ ਦੀਪ ਸਿੰਘ ਜੀ ਤੈਨੂੰ ਸੰਭਾਲਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਕਿਰਪਾ ਕਰਨ, ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਉੱਤੇ, ਜਿਹੜੇ ਇੱਥੇ ਜਿਹੜੇ ਘਰਾਂ 'ਚ ਬੈਠੇ, ਸਭ ਦੇ ਚਰਨਾਂ ਦੇ ਉੱਤੇ ਸਿਰ ਝੁਕਾ ਕੇ ਮੈਂ ਮੱਥਾ ਟੇਕ ਰਿਹਾ।
ਮੇਰਾ ਟੇਕਿਆ ਮੱਥਾ ਕਰੋ ਪ੍ਰਵਾਨ ਆਖੋ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਆਓ ਬੜੇ ਪਿਆਰ ਦੇ ਨਾਲ ਉਸੇ ਤਰ੍ਹਾਂ ਭਾਵਨਾ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਪ ਦੇ ਵਿੱਚ ਹਾਜ਼ਰ ਨਾਜ਼ਰ ਗੁਰੂ ਰਾਮਦਾਸ ਪਿਤਾ ਚੌਂਕੜਾ ਮਾਰ ਕੇ ਬੈਠੇ ਚਰਨਾਂ ਦੇ ਵਿੱਚ ਕੌਣ ਬੈਠਾ ਹੈ ਆਖੋ ਧੰਨ ਬਾਬਾ ਦੀਪ ਸਿੰਘ ਜੀ ਤੇ ਬੜੇ ਪਿਆਰ ਦੇ ਵਿੱਚ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਜੁੜਿਓ ਸਾਰੀ ਸੰਗਤ ਕਿਰਪਾ ਕਰਿਓ ਪਿਆਰ ਨਾਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਸਾਰੇ ਅੱਖੋਂ ਨੇ ਜੀ ਧੰਨ ਬਾਬਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
Guru Ram Das.
जी मैं तेरा Guru, 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 Gu
ਜਿਹੜੀਆਂ ਅਸੀਂ ਦੋ ਤਿੰਨ ਬੇਨਤੀਆਂ ਕਰਦੇ ਹਾਂ ਉਹ ਕਰਕੇ ਸ਼ਬਦ ਪੜਾਂਗੇ। ਅੱਜ ਪਹਿਲਾ ਦਿਨ ਹੈ ਔਰ ਸਭ ਥਾਵਾਂ 'ਤੇ ਆਪਾਂ ਬੇਨਤੀ ਕੀਤੀ ਸੀ 4 ਵਜੇ। ਮੈਂ ਇਹ ਕਹਿਣਾ ਭੁੱਲ ਗਿਆ ਸਾਂ ਕਿ 4 ਵਜੇ ਕੀਰਤਨ ਸ਼ੁਰੂ ਹੋਣਾ। ਸਭ ਦੇ ਮਨ 'ਚ ਹੋਈ ਕਿ 4 ਵਜੇ ਪਾਠ ਸ਼ੁਰੂ ਹੋਏਗਾ, 4:45 ਦੇ ਕਰੀਬ ਕਰੀਬ ਕੀਰਤਨ ਸ਼ੁਰੂ ਹੋਣਾ। ਪਾਠ ਤਕਰੀਬਨ 3:20-3:25 ਦੇ ਕਰੀਬ ਆਪਾਂ ਸ਼ੁਰੂ ਕਰ ਦਿੰਦੇ ਹਾਂ। ਅੱਜ ਵੀ ਜਪਜੀਤ ਸਾਹਿਬ ਸ਼ਬਦ ਵਿਚਾਰੇ ਜਾਪ ਸ਼ੁਰੂ ਹੋ ਗਏ ਅਤੇ 4:05 ਦੇ ਉੱਤੇ ਜਿਹੜੇ ਆਉਣ ਵਾਲੇ 12 ਦਿਨ ਨੇ ਕੀਰਤਨ ਪ੍ਰਾਰੰਭ ਹੋ ਜਾਇਆ ਕਰੇਗਾ। ਉਸ ਹਿਸਾਬ ਦੇ ਨਾਲ 10-10, 20-20 ਨੂੰ ਹੋਰ 50-50 ਨੂੰ ਹੋਰ ਜੋੜਨਾ ਆਪਾਂ ਗੁਰੂ ਸੇਵਾ ਲਵੇ। ਤਾਂ ਖੈਰ ਜਿਹੜੀ ਮੈਂ ਗੱਲ ਕਰਨ ਲੱਗਾ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਨਾਂ ਵੀ ਬੋਲੀਏ ਪਰ ਉਹ ਫਿਰ ਵੀ ਸੁਣ ਲੈਣ। ਸੁਣਿਆ, ਅਸੀਂ ਨਾਂ ਵੀ ਬੋਲੀਏ ਪਰ ਉਹ ਫਿਰ ਵੀ ਸੁਣ ਲੈਣ। ਉਹਨਾਂ ਦਾ ਨਾਮ ਪਰਮਾਤਮਾ ਹੈ, ਉਹਨਾਂ ਦਾ ਨਾਮ ਰੱਬ ਜੀ ਹੈ, ਉਹਨਾਂ ਦਾ ਨਾਮ ਗੁਰੂ ਰਾਮਦਾਸ ਹੈ, ਉਹਨਾਂ ਦਾ ਨਾਮ ਬਾਬਾ ਦੀਪ ਸਿੰਘ ਹੈ। ਅਸੀਂ ਕੁਝ ਨਾਂ ਵੀ ਬੋਲੀਏ, ਵਿਣ ਬੋਲਿਆ ਸਭ ਕੁਛ ਜਾਣਦਾ। ਬੋਲੋ, ਵਿਣ ਬੋਲਿਆ ਸਭ ਕੁਛ ਜਾਣਦਾ, ਸਭ ਕੁਛ ਜਾਣਦਾ। ਮੈਂ ਕੁਝ ਮੂੰਹੋਂ ਨਹੀਂ ਵੀ ਬੋਲਿਆ ਨਾ ਉਹਨੂੰ ਪਤਾ ਲੱਗਿਆ, ਉਹ ਹੀ ਤੇ ਪਰਮਾਤਮਾ ਹੈ, ਉਹ ਹੀ ਰੱਬ ਹੈ, ਉਹ ਹੀ ਗੁਰੂ ਰਾਮਦਾਸ ਹੈ, ਉਹ ਹੀ ਬਾਬਾ ਦੀਪ ਸਿੰਘ ਹੈ। ਅਸੀਂ ਆ ਹੀ ਗਏ ਹਾਂ ਨਾ ਇੱਥੇ, ਇੱਥੇ ਅੰਮ੍ਰਿਤ ਵੇਲੇ ਬਹਿ ਹੀ ਗਏ ਹਾਂ ਨਾ, ਗੁਰੂ ਰਾਮਦਾਸ ਜੀ ਨੂੰ ਪਤਾ ਲੱਗ ਗਿਆ ਕਿਹੜੀ ਭਾਵਨਾ ਨਾਲ ਆਇਆ। ਇੱਥੋਂ ਪੁੱਤ ਲੈਣ ਆਇਆ, ਇੱਥੋਂ ਘਰ ਦੇ ਸੁੱਖ ਲੈਣ ਆਇਆ, ਇੱਥੋਂ ਬੱਚਿਆਂ ਦੇ ਕਾਰੋਬਾਰ ਲੈਣ ਆਇਆ, ਇੱਥੋਂ ਬੱਚਿਆਂ ਦੇ ਵੀਜ਼ੇ ਲੈਣ ਆਇਆ ਕਿ ਇੱਥੋਂ ਅੰਮ੍ਰਿਤ ਵੇਲਾ ਲੈਣ ਆਇਆ। ਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਕਿ ਇੱਥੇ ਆ ਕੇ ਮੈਨੂੰ ਹੀ ਲੈਣ ਆ ਗਿਆ। ਇਹ ਤੇ ਸਭ ਦੇ ਬਾਰੇ ਗੁਰੂ ਰਾਮਦਾਸ ਬਾਪੂ ਜੀ ਨੂੰ ਪਤਾ ਹੈ, ਬਾਬਾ ਦੀਪ ਸਿੰਘ ਸਾਹਿਬ ਨੂੰ ਪਤਾ ਹੈ। ਮੈਂ ਨਾ ਵੀ ਬੋਲਾਂ ਉਹ ਫਿਰ ਵੀ ਸੁਣ ਲੈਣ। ਉਹ ਹੀ ਰੱਬ ਨੇ, ਉਹ ਹੀ ਪਰਮੇਸ਼ਰ ਨੇ, ਪਰਮੇਸ਼ਰ ਦਾ ਨਾਮ ਗੁਰੂ ਰਾਮਦਾਸ ਹੈ, ਬਾਬਾ ਦੀਪ ਸਿੰਘ। ਅਤੇ ਪਿਆਰੇ ਉਹ ਨਾ ਬੋਲਣ, ਉਹ ਨਾ ਬੋਲਣ ਫਿਰ ਵੀ ਸਾਨੂੰ ਸੁਣਾਈ ਦੇਣ, ਇਸੇ ਦਾ ਨਾਮ ਹੀ ਸ਼ਰਧਾ, ਇਸੇ ਦਾ ਨਾਮ ਹੀ ਭਾਵਨਾ। ਹੁਣ ਅਸੀਂ ਆ ਗਏ ਹਾਂ ਨਾ, ਅਸੀਂ ਨਹੀਂ ਬੋਲੇ, ਬਾਪੂ ਜੀ ਨੂੰ ਪਤਾ ਲੱਗ ਗਿਆ ਉਹ ਪਰਮਾਤਮਾ। ਅਤੇ ਹੁਣ ਧਿਆਨ ਨਾਲ ਵੇਖੋ,
ਅਸੀਂ ਉਦਾਂ ਤੇ ਗੁਰੂ ਦੀ ਆਵਾਜ਼ ਨਹੀਂ ਨਾ ਕਦੀ ਸੁਣਦੇ, ਡਾਇਰੈਕਟਲੀ ਤੇ ਨਹੀਂ ਨਾ ਸੁਣਦੇ, ਪਰ ਕਿਸੇ ਨਾ ਕਿਸੇ ਢੰਗ ਦੇ ਨਾਲ ਉਹਨਾਂ ਦੀ ਆਵਾਜ਼ ਸਾਨੂੰ ਮਹਿਸੂਸ ਹੋਣੀ ਸ਼ੁਰੂ ਹੋ ਗਈ। ਉਹ ਹੀ ਸਾਡੀ ਸ਼ਰਧਾ ਹੈ, ਉਹ ਹੀ ਸਾਡੀ ਭਾਵਨਾ ਹੈ। ਮੈਂ ਕੋਈ ਵੀ ਸਵਾਲ ਆਪਣੇ ਅੰਦਰ ਲੈ ਕੇ ਆਇਆ, ਕੀਰਤਨ ਦੇ ਵਿੱਚੋਂ ਜਵਾਬ ਮਿਲ ਗਿਆ, ਉਹ ਸਾਡੀ ਸ਼ਰਧਾ ਨੇ ਦਵਾਤਾ ਜਵਾਬ ਹੈ ਜੀ। ਅਸੀਂ ਜਿਹੜੀ ਵੀ ਭਾਵਨਾ ਲੈ ਕੇ ਬੈਠੇ ਸਾਂ ਸੰਗਤ ਦੇ ਵਿੱਚ, ਉਦਾਂ ਉਹ ਡਾਇਰੈਕਟ ਨਹੀਂ ਬੋਲੇ, ਪਰ ਕਿਸੇ ਨਾ ਕਿਸੇ ਰੂਪ ਦੇ ਵਿੱਚ ਉਹ ਵਰਤ ਗਏ, ਮੇਰੀ ਗੱਲ ਦਾ ਮੈਨੂੰ ਜਵਾਬ ਦੇ ਦਿੱਤਾ, ਉਹ ਹੀ ਸ਼ਰਧਾ ਬਣ ਗਈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਰਮੇਸ਼ਰ ਸਾਈਂ ਦੇ ਉੱਤੇ ਇਹੋ ਜਿਹੇ ਭਰੋਸੇ ਦੀ ਵੀ ਲੋੜ ਹੈ ਕਿ ਮੈਂ ਨਾ ਵੀ ਬੋਲਾਂ ਉਹਨੂੰ ਪਤਾ ਹੈ, ਤੇ ਇਹੋ ਜਿਹੀ ਸ਼ਰਧਾ ਦੀ ਵੀ ਲੋੜ ਹੈ, ਉਹ ਨਾ ਵੀ ਬੋਲਣ ਤਾਂ ਵੀ ਸਾਨੂੰ ਪਤਾ ਲੱਗ ਜੇ ਉਹ ਇਹ ਚਾਹੁੰਦੇ ਨੇ, ਉਹ ਆਹ ਚਾਹੁੰਦੇ ਨੇ, ਆਹ ਚੀਜ਼ਾਂ ਦੇ ਉੱਤੇ ਖੁਸ਼ ਹੁੰਦੇ ਨੇ, ਆਹ ਚੀਜ਼ਾਂ ਦੇ ਉੱਤੇ ਰੀਝਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ। ਅਗਲੀ ਗੱਲ ਸੁਣਿਓ ਪਿਆਰ ਵਿੱਚ, ਕਈ ਮੈਂ ਪ੍ਰੇਮੀ ਵੇਖਣਾ, ਉਹ ਜਦੋਂ ਸੰਗਤ ਵਿੱਚ ਬਹਿੰਦੇ ਆ ਨਾ, ਉਹਨਾਂ ਦੀਆਂ ਅੱਖੀਆਂ 'ਚ ਬੈਰਾਗ ਦੇ ਹੰਝੂ ਆਉਣੇ ਸ਼ੁਰੂ ਹੋ ਜਾਂਦੇ, ਜਾਣ ਬੁੱਝ ਕੇ ਅਥਰੂ ਨਾ ਲਿਆਂਦੇ ਜਾਣ, ਜਾਣ ਬੁੱਝ ਕੇ ਦਿਖਾਵੇ ਮਾਤਰ ਨਾ ਹੋਣ ਕਿ ਮੈਨੂੰ ਨਾਲ ਦਾ ਵੇਖ ਰਿਹਾ ਹੋਵੇ, ਤਾਂ ਹੀ ਮੈਂ ਅੱਖਾਂ 'ਚ ਹੰਝੂ ਕੇਰਨੇ ਨੇ। ਨਹੀਂ ਨਹੀਂ ਨਹੀਂ, ਪਰ ਜੇ ਸਹਿਜ ਸੁਭਾਏ ਸੰਗਤ ਵਿੱਚ ਬੈਠੇ ਹਾਂ, ਈਸ਼ਵਰ ਦੇ ਪਿਆਰ ਦੇ ਵਿੱਚ, ਗੁਰੂ ਰਾਮਦਾਸ ਦੇ ਪਿਆਰ ਵਿੱਚ, ਬਾਬਾ ਦੀਪ ਸਿੰਘ ਸਾਹਿਬ ਦੇ ਪਿਆਰ ਦੇ ਵਿੱਚ, ਜੇ ਤੇਰੀਆਂ ਅੱਖਾਂ ਦੇ ਵਿੱਚ ਅੱਥਰੂ ਆ ਰਹੇ ਨੇ ਨਾ, ਤੈਨੂੰ ਰੋਣਾ ਆ ਰਿਹਾ, ਤੇ ਇੱਕ ਚੀਜ਼ ਆਪਣੇ ਮਾਇੰਡ ਵਿੱਚ ਵਸਾਲ ਹੈ, ਪੋਜ਼ਿਟਿਵ ਹੋ ਜਾ। ਈਸ਼ਵਰ ਦੇ ਪਿਆਰ ਦੇ ਵਿੱਚ ਰੋਣ 'ਚ ਜਿਹੜਾ ਆਨੰਦ ਹੈ ਨਾ, ਉਹ ਸੰਸਾਰ ਦੇ ਹਾਸਿਆਂ 'ਚ ਵੀ ਨਹੀਂ ਹੈ। ਔਰੇ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਕਹਿੰਦੇ ਜੇ ਪਰਮੇਸ਼ਰ ਦੇ ਪਿਆਰ ਵਿੱਚ ਤੇਰੀਆਂ ਅੱਖੀਆਂ 'ਚ ਦੋ ਹੰਝੂ ਆ ਗਏ ਨਾ, ਦੋ ਹੰਝੂ ਉਹਦੇ ਪਿਆਰ ਵਿੱਚ, ਫਿਰ ਮੈਂ ਦੁਹਰਾ ਰਿਹਾ, ਜਾਣ ਬੁੱਝ ਕੇ ਨਾ ਲਿਆਂਦੇ ਜਾਣ, ਜਾਣ ਬੁੱਝ ਕੇ ਨਹੀਂ, ਦਿਖਾਵੇ ਮਾਤਰ ਦੇ ਨਾ ਹੋਣ, ਉਹਦੇ ਪ੍ਰੇਮ ਵਿੱਚ ਜੇ ਤੇਰੀਆਂ ਅੱਖੀਆਂ ਵਿੱਚ ਦੋ ਹੰਝੂ ਆ ਗਏ ਨਾ, ਇਹ ਬਾਬਾ ਆਨੰਦ ਸਿੰਘ ਸਾਹਿਬ ਬਚਨ ਕਰਦੇ ਸੀ, ਤੇਰੇ ਇਹ ਦੋ ਨਿਕਲੇ ਹੋਏ ਅਥਰੂ ਤੇਰੇ ਜਨਮਾਂ ਜਨਮਾਂ ਦੇ ਪਾਪਾਂ ਨੂੰ ਧੋਣ ਦੀ ਪਾਵਰ ਰੱਖਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਗੱਲ ਹੋਰ ਮੈਂ ਕਵਾਂ, ਉਸ ਤੋਂ ਬਾਅਦ ਆਪਾਂ ਸ਼ਬਦ ਪੜ੍ਹਨਾ। ਇੱਕ ਵਾਰੀ ਪੁੱਛ ਲਾਂ, ਚੜ੍ਹਦੀ ਕਲਾ 'ਚ ਉਹ ਮੈਨੂੰ ਬੜੀ ਖੁਸ਼ੀ ਹੁੰਦੀ ਆ। ਵੇਖੋ ਅਲਵਰ ਵਾਲਿਆਂ ਨੇ ਕੱਲ ਤੋਂ ਹੀ ਇੱਥੇ ਡੇਰੇ ਲਾ ਰਹੇ ਨੇ, ਵਾਹ, ਤੁਹਾਡੇ ਪਿਆਰ ਨੂੰ ਨਮਸਕਾਰ ਸਾਰਿਆਂ ਨੂੰ, ਕਿ ਇਹ ਸਮਾਂ ਕੱਢ ਕੇ ਆਉਣਾ, 13 ਦਿਨ ਅਸੀਂ ਅਟੈਂਡ ਕਰਨਾ ਹੀ ਕਰਨਾ ਅੰਮ੍ਰਿਤ ਵੇਲਾ। ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ, ਮੇਰੀ ਅੰਦਰੋਂ ਅਰਦਾਸ, ਤੁਹਾਡੀ ਇੱਕ ਇੱਕ ਦੀ ਭਾਵਨਾ ਨੂੰ ਭਾਗ ਲਾਉਣ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸੁਣਿਓ, ਇਹ ਬੜੀ ਪਿਆਰੀ ਗੱਲ ਹੈ। ਪਰਮੇਸ਼ਰ ਸਾਈਂ ਪਤਾ ਕੀ ਕਹਿੰਦੇ, ਕਹਿੰਦੇ ਮੇਰੇ ਚੱਕਰ ਦੇ ਵਿੱਚ ਫਸ ਜਾ, ਮੇਰੇ ਚੱਕਰ 'ਚ ਪੈ ਜਾ। ਅਸੀਂ ਕਹਿੰਦੇ ਨਾ, ਫਲਾਣਾ ਫਲਾਣੇ ਦੇ ਚੱਕਰ ਕੱਟਦਾ, ਫਲਾਣਾ ਫਲਾਣੇ ਦੇ ਚੱਕਰ 'ਚ ਫਸ ਗਿਆ, ਆਮ ਤੌਰ 'ਤੇ ਕਹਿੰਦੇ ਆ। ਪਰਮੇਸ਼ਰ ਕਹਿੰਦੇ ਤੂੰ ਮੇਰੇ ਚੱਕਰ 'ਚ ਫਸ ਜਾ, ਅਤੇ ਮੇਰੇ ਚੱਕਰ 'ਚ ਫਸਣ ਦਾ ਮਤਲਬ ਪਤਾ ਕੀ ਹੈ, ਬਾਕੀ ਚੱਕਰਾਂ ਵਿੱਚੋਂ ਮੁਕਤ ਹੋ ਜਾਣਾ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅਸੀਂ ਗੁਰੂ ਰਾਮਦਾਸ ਜੀ ਦੇ ਚੱਕਰ 'ਚ ਫਸਣ ਆਏ ਹਾਂ ਹੁਣ, ਪਿਆਰ ਦੇ ਚੱਕਰ 'ਚ, ਪ੍ਰੇਮ ਦੀ ਡੋਰ 'ਚ ਹੈ ਜੀ। ਅਤੇ ਇਸ ਚੱਕਰ ਵਿੱਚ ਫਸਣਾ ਕੀ, ਦੁੱਖ ਦੇ ਚੱਕਰ 'ਚੋਂ ਨਿਕਲ ਜਾਂਗੇ। ਇਸ ਚੱਕਰ 'ਚ ਫਸਣਾ ਕੀ, ਬਿਮਾਰੀਆਂ ਦੇ ਚੱਕਰਾਂ 'ਚੋਂ ਨਿਕਲ ਜਾਂਗੇ। ਇਸ ਚੱਕਰ 'ਚ ਫਸਣਾ ਕੀ, ਘਰ ਦੇ ਕਲਾ ਕਲੇਸ਼ ਦੇ ਚੱਕਰਾਂ 'ਚੋਂ ਨਿਕਲ ਜਾਂਗੇ। ਇਸ ਚੱਕਰ 'ਚ ਫਸਣਾ ਕੀ, ਪਿਆਰਿਓ
ਗਰੀਬੀ ਦੇ ਚੱਕਰਾਂ ਚੋਂ ਅਸੀਂ ਨਿਕਲ ਜਾਵਾਂਗੇ। ਇਸ ਚੱਕਰ 'ਚ ਫਸਣਾ ਕੀ, ਉਹ ਜਿਹੜੇ ਵਿਕਾਰ ਸਾਨੂੰ ਹਰ ਵੇਲੇ ਆਪਣੇ ਚੱਕਰਾਂ 'ਚ ਪਾਈ ਰੱਖਦੇ ਆ ਨਾ, ਉਹ ਚੱਕਰਾਂ 'ਚੋਂ ਅਸੀਂ ਨਿਕਲ ਜਾਵਾਂਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਅੰਮ੍ਰਿਤ ਵੇਲੇ ਦੇ ਚੱਕਰ 'ਚ ਫਸ ਜਾਓ, ਬਸ ਇਹ ਚੱਕਰ 'ਚ ਗੁਰੂ ਰਾਮਦਾਸ ਜੀ ਦੇ ਪਿਆਰ ਦੇ ਚੱਕਰ 'ਚ ਫਸ ਜਾਓ, ਬਾਬਾ ਦੀਪ ਸਿੰਘ ਜੀ ਦੇ ਪਿਆਰ ਦੇ ਚੱਕਰ 'ਚ ਫਸ ਜਾਓ, ਬਾਕੀ ਦੇ ਚੱਕਰਾਂ 'ਚੋਂ ਉਹਨੇ ਆਪੇ ਤੁਹਾਨੂੰ ਮੁਕਤ ਕਰਾ ਦੇਣਾ। ਅਸੀਂ ਕਹਿੰਦੇ ਹਾਂ ਜੀ ਸਾਡੇ ਕਾਰੋਬਾਰ ਨਹੀਂ ਚੱਲਦੇ, ਸਾਡਾ ਆਹ ਕੰਮ ਨਹੀਂ ਬਣਦਾ, ਬਾਬਾ ਕਹਿੰਦਾ ਅੰਦਰੋਂ ਮੇਰੇ ਨਾਲ ਚੱਕਰ 'ਚ ਪੈ ਤੇ ਸਹੀ, ਮੇਰੇ ਨਾਲ ਅੰਦਰੋਂ ਪ੍ਰੇਮ ਪਾ ਤੇ ਸਹੀ, ਅੰਦਰੋਂ ਮੁਹੱਬਤ ਪਾ ਤੇ ਸਹੀ। ਜੀ ਅਸੀਂ ਪਾਉਂਦੇ ਹਾਂ ਮੁਹੱਬਤ ਪਰ ਦਿਖਾਵੇ ਮਾਤਰ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਦਿਖਾਵੇ ਮਾਤਰ ਨਹੀਂ, ਅੰਦਰੋਂ ਉਹਦੇ ਚੱਕਰ 'ਚ ਫਸ ਜਾਓ, ਬਾਕੀ ਸਾਰੇ ਚੱਕਰਾਂ 'ਚੋਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਨੇ ਆਪੇ ਮੁਕਤ ਕਰਾ ਦੇਣਾ। ਆਪ ਸਵਰੋ ਪਰਿਵਾਰ ਸਵਾਰੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਇੱਕ ਵਾਰੀ ਫਤਿਹ ਬੁਲਾ ਦਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਮਨ ਦੀ ਭਾਵਨਾ, ਕਿਉਂਕਿ ਗੁਰੂ ਰਾਮਦਾਸ ਬਾਪੂ ਜੀ ਦਾ ਆਗਮਨ ਪੁਰਬ ਮਨਾ ਰਹੇ ਤੇ ਰੋਜ਼ ਅਸੀਂ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਰਸਨਾ ਤੋਂ ਨਿਕਲਿਆ ਸ਼ਬਦ, ਉਹਨਾਂ ਦੀ ਰਸਨਾ ਤੋਂ ਨਿਕਲੀ ਪਿਆਰੀ ਮਿੱਠੀ ਬਾਣੀ ਦਾ ਕੀਰਤਨ ਕਰਾਂਗੇ। ਅੱਜ ਵੀ ਗੁਰੂ ਰਾਮਦਾਸ ਜੀ ਦੇ ਪਿਆਰੇ ਮਿੱਠੇ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 757 ਨੰਬਰ ਅੰਗ ਦੇ ਉੱਤੇ ਦਰਜ, ਝੱਖੜ ਝਾਂਗੀ ਮੀਹੋਂ ਵਰਸੈ ਪੀ ਗੁਰ ਦੇਖਣ ਜਾਈ। ਬੜੇ ਪਿਆਰ ਦੇ ਵਿੱਚ ਇਹ ਸਾਰੀ ਸੰਗਤ ਸ਼ਬਦ ਪੜਿਓ, ਕੋਈ ਰਸਨਾ ਮੰਜੀ ਨਾ ਰਹੇ। ਔਰ ਜਿਹੜੇ ਘਰਾਂ ਦੇ ਵਿੱਚ ਲਾਈਵ ਦੇ ਮਾਧਿਅਮ ਰਾਹੀਂ ਜੁੜੇ ਹੋ, ਫਿਰ ਮੇਰੀ ਸਨੇਮਰ ਬੇਨਤੀ, ਦਸਾਂ ਦਸਾਂ ਵੀਹਾਂ ਵੀਹਾਂ ਪੰਜਾਵਾਂ ਪੰਜਾਵਾਂ ਨੂੰ ਲਿੰਕ ਸ਼ੇਅਰ ਕਰ ਦਿਓ ਭਾਈ। ਇਹ 13 ਦਿਨ ਦਾ ਅੰਮ੍ਰਿਤ ਵੇਲਾ ਸੰਭਾਲ ਲਓ, ਗੁਰੂ ਰਾਮਦਾਸ ਕੋਲੋਂ ਜਿਹੜੀ ਮਰਜ਼ੀ ਸ਼ੈ ਲੈ ਲਓ, ਇਹ ਗਰੰਟੀ ਹੈ। ਜਿਨ੍ਹਾਂ ਨੇ ਪਿਛਲੀ ਵਾਰੀ ਅੰਮ੍ਰਿਤ ਵੇਲੇ ਸੰਭਾਲੇ ਉਹ ਦਿਨ ਵੇਖ ਲਓ ਤੇ ਅੱਜ ਦੇ ਦਿਨ ਵੇਖ ਲਓ, ਬਾਪੂ ਨੇ ਕਿਸੇ ਨਾ ਕਿਸੇ ਢੰਗ ਨਾਲ ਬਰਕਤ ਹੀ ਪਾਈ ਹੋਏਗੀ। ਚੈੱਕ ਕਰਕੇ ਵੇਖ ਲਓ, ਨੋਟ ਕਰਕੇ ਵੇਖ ਲਓ, ਉਹਨੇ ਕਮੀ ਨਹੀਂ ਰੱਖੀ। ਜੇ ਤੁਸੀਂ ਇੱਕ ਮੰਗ ਮੰਗੀ ਹੈ ਨਾ, ਜੇ ਉਹ ਕਿਤੇ ਪੂਰੀ ਨਹੀਂ ਹੋਈ, 10 ਬਾਕੀ ਦੀਆਂ ਕਰਤੀਆਂ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਆਓ ਬੜੇ ਪਿਆਰ ਦੇ ਵਿੱਚ ਗੁਰੂ ਰਾਮਦਾਸ ਪਾਤਸ਼ਾਹ ਸਾਈਂ ਦੇ ਪਿਆਰੇ ਮਿੱਠੇ ਬੋਲ, ਕੋਈ ਰਸਨਾ ਮੰਜੀ ਨਾ ਰਹੇ, ਬੜੇ ਪਿਆਰ ਦੇ ਵਿੱਚ ਹਾਜ਼ਰੀ ਲਾਇਓ ਜੀ। ਪੀ ਗੁਰ ਦੇਖਣ ਜਾਈ ਪਿਆਰੇ, ਪੀ ਗੁਰ ਦੇਖਣ ਜਾਈ, ਪੀ ਗੁਰ ਦੇਖਣ ਜਾਈ ਪਿਆਰੇ, ਪੀ ਗੁਰ ਦੇਖਣ ਜਾਈ, ਝੱਖੜ ਝਾਂਗੀ ਮੀਹੋਂ ਵਰਸੈ, ਝੱਖੜ ਝਾਂਗੀ ਮੀਹੋਂ ਵਰਸੈ, ਝੱਖੜ ਝਾਂਗੀ ਮੀਹੋਂ ਵਰਸੈ, ਪੀ ਗੁਰ ਦੇਖਣ ਜਾਈ ਪਿਆਰੇ, ਪੀ ਗੁਰ ਦੇਖਣ ਜਾਈ, ਪੀ ਗੁਰ ਦੇਖਣ ਜਾਈ ਪਿਆਰੇ, ਪੀ ਗੁਰ ਦੇਖਣ ਝੱਖੜ ਝਾਂਗੀ ਮੀਹੋਂ ਵਰਸੈ, ਝੱਖੜ ਝਾਂਗੀ ਮੀਹੋਂ ਵਰਸੈ, ਝੱਖੜ ਝਾਂਗੀ ਮੀਹੋਂ ਵਰਸੈ।
जाई प्यारे पीकुर देखण जाई, पीकुर देखण जाई प्यारे पीकुर देखण जाई, पीकुर देखण जाई प्यारे पीकुर देखण जाई, पीकुर देखण जाई प्यारे गुरु रामदास जी, गुरु रामदास जी समुद्र सागर होवे बोखारा, समुद्र सागर होवे बोखारा, सिख लंग गुरु पे जाई, गुरु 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 सिख लंग गुरु पे देखण जाई प्यारे पी गुर देखण जाई, गुर देखण जाई प्यारे पी गुर देखण जाई, संगत पी गुर देखण जाई प्यारे पी गुर देखण जाई, गुरु रामदास जी, गुरु रामदास जी प्यार नल सारे अखन जी, धन बाबा दीप सिंह जी ज्यों प्राणी जल बिन है मरता, 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 त्यों सिख गुर बिन मर जाई, 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 पी गुर देखण जाई प्यारे पी गुर देखण जाई, देखण जाई प्यारे पी गुर देखण जाई, जी पी गुर देखण जाई।
बरसे ज्यों धरती सोम करे जल बरसे ज्यों धरती सोम करे जल बरसे ज्यों धरती सोम करे जल बरसे त्यों सिख गुर मिल बिकसाई 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 ती गुर देखन जाई प्यारे ती गुर देखन जाई ती गुर देखन जाई प्यारे ती गुर देखन जाई ती गुर देखन जाई प्यारे ती गुर देखन जाई छंदे वाले ती गुर देखन जाई प्यारे ती गुर देखन जाई सेवक का होए सेवक वरता सेवक का होए सेवक वरता सेवक का होए सेवक वरता कर कर बिनो बुलाई कर कर बिनो बुलाई कर कर बिनो बुलाई कर कर बिनो नानक की बेनती हर पे नानक की बेनती हर पे नानक की बेनती हर पे गुर मिल गुर सुख पाई 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ ਇਹ ਜ਼ਰੂਰੀ ਮੈਸੇਜ ਨੂੰ ਸੁਣਿਓ ਵੀ ਔਰ ਸ਼ੇਅਰ ਵੀ ਕਰਿਓ ਮੇਰੀ ਬੇਨਤੀ ਜਦੋਂ ਵੀ ਅੰਮ੍ਰਿਤਸਰ ਸਾਹਿਬ ਆਓ ਜਿੰਨੀ ਵਾਰੀ ਵੀ ਆਓ ਬਾਬਾ ਦੀਪ ਸਿੰਘ ਚੈਰੀਟੇਬਲ ਟਰੱਸਟ ਦਾ ਤਾਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਵਿਖੇ ਜ਼ਰੂਰ ਚਰਨ ਪਾ ਕੇ ਜਾਇਆ ਕਰੋ ਔਰ ਆਪਣੀਆਂ ਅੱਖਾਂ ਨਾਲ ਵੇਖੋ ਕਿਵੇਂ ਇੱਥੇ ਸੇਵਾਵਾਂ ਦਾ ਕੁੰਭ ਚੱਲ ਰਿਹਾ ਮੈਂ ਜਿਹੜੀ ਵਿਸ਼ੇਸ਼ ਬੇਨਤੀ ਕਰਨ ਲੱਗਾ ਇਹਨੂੰ ਧਿਆਨ ਨਾਲ ਸੁਣਿਓ ਸਾਡੇ ਕੋਲ ਜਦੋਂ ਵੱਡੇ ਪੱਧਰ ਦੇ ਉੱਤੇ ਅਸੀਂ ਕੋਈ ਸਮਾਗਮ ਕਰਦੇ ਹਾਂ
ਚੁਪਹਿਰਾ ਜਪ ਤਪ ਸਮਾਗਮ ਜਾਂ ਕੋਈ ਰਹਿਣ ਸੁਭਾਈ ਸਮਾਗਮ ਕਰਦੇ ਹਾਂ, ਸਾਡੇ ਕੋਲ ਸੰਗਤ ਨੂੰ ਬਿਠਾਉਣ ਵਾਸਤੇ ਵੱਡਾ ਹਾਲ ਨਹੀਂ ਸੀ। ਇਸੇ ਚੀਜ਼ ਨੂੰ ਮੁੱਖ ਰੱਖ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਦਾ ਸਦਕਾ ਇਸ ਜਗ੍ਹਾ ਦੇ ਉੱਤੇ ਰਾਮ ਤੀਰਥ ਰੋਡ ਦੇ ਉੱਤੇ ਜਿੱਥੇ ਸੇਵਾਵਾਂ ਦੇ ਬੇਅੰਤ ਕਾਰਜ ਚੱਲ ਰਹੇ ਨੇ, ਹੁਣ ਇੱਕ ਨਵਾਂ ਉਪਰਾਲਾ ਕੀਤਾ ਗਿਆ। ਘੱਟ ਤੋਂ ਘੱਟ 7-8 ਹਜ਼ਾਰ ਸੰਗਤ ਬੈਠ ਸਕੇ ਏਡਾ ਵੱਡਾ ਵਿਸ਼ਾਲ ਦੀਵਾਨ ਹਾਲ ਜੋ ਬਣਾਇਆ ਜਾ ਰਿਹਾ, ਔਰ ਇਹਦੀ ਜੋ ਉਸਾਰੀ ਹੈ ਜ਼ੋਰਾਂ ਸ਼ੋਰਾਂ 'ਤੇ ਸ਼ੁਰੂ ਹੋ ਚੁੱਕੀ ਹੈ। ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ ਦੇ ਵਿੱਚ ਸਨੇਮਰ ਬੇਨਤੀ ਪਿਆਰੇ ਹੋ, ਬਾਕੀ ਦੇ ਸਾਰੇ ਖਰਚਿਆਂ ਨੂੰ ਸੰਕੋਚ ਕੇ ਆਪ ਜੀ ਘੱਟ ਤੋਂ ਘੱਟ ਇੱਕ ਮੈਂਬਰ ਇੱਕ ਤੇਰੀ ਦੀ ਹਾਜ਼ਰੀ ਜ਼ਰੂਰ ਲਾਵੇ, 1300 ਦੀ। ਔਰ ਜਿਨ੍ਹਾਂ ਨੂੰ ਪਿਤਾ ਜੀ ਨੇ ਵੱਧ ਸਮਰੱਥਾ ਦਿੱਤੀ ਹੈ, ਭਾਵੇਂ 2 ਤੇਰੀਆਂ, 10 ਤੇਰੀਆਂ, 50 ਤੇਰੀਆਂ, 100 ਤੇਰੀਆਂ, ਜਿੰਨਾ ਵੀ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇ ਸਕਦੇ ਹੋ ਨਾ, ਜ਼ਰੂਰ ਦੇਣਾ, ਕਿਉਂਕਿ ਇਹ ਕਰੋੜਾਂ ਦਾ ਪ੍ਰੋਜੈਕਟ ਹੈ। ਔਰ ਇਹ ਕੋਈ ਮੇਰਾ ਨਿੱਜੀ ਕੰਮ ਨਹੀਂ, ਇਹ ਸੰਗਤ ਦੇ ਕਾਰਜ ਨੇ, ਪੰਥ ਦੇ ਕਾਰਜ ਨੇ, ਔਰ ਇਹ ਗੁਰੂ ਰਾਮਦਾਸ ਅਤੇ ਬਾਬਾ ਦੀਪ ਸਿੰਘ ਜੀ ਦੇ ਕਾਰਜ ਨੇ। ਇਹਦੇ ਵਿੱਚ ਤੁਸੀਂ ਸਾਰਿਆਂ ਨੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇਣਾ, ਔਰ ਇਹਦੇ ਵਿੱਚ ਕਿਸੇ ਨੇ ਵੀ ਢਿੱਲ ਮੱਠ ਨਹੀਂ ਕਰਨੀ, ਕਿਉਂਕਿ ਇਹ ਬਾਬਾ ਆਨੰਦ ਸਿੰਘ ਸਾਹਿਬ ਦਾ ਬਚਨ ਹੈ, ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਦੋਂ ਤੁਸੀਂ ਸੰਗਤ ਦੇ ਕਾਰਜ ਦੇ ਲਈ ਕੁਝ ਕਰਦੇ ਹੋ ਨਾ, ਸੰਗਤ ਦੀ ਫਿਕਰ ਕਰਦੇ ਹੋ, ਕਿਉਂਕਿ ਇੱਥੇ ਸੰਗਤ ਨੇ ਬਹਿਣਾ, ਸੰਗਤ ਨੇ ਕੀਰਤਨ ਨਾਲ ਜੁੜਨਾ, ਜਦੋਂ ਤੁਸੀਂ ਸੰਗਤ ਦਾ ਖਿਆਲ ਰੱਖਦੇ ਹੋ ਤਾਂ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਤੁਹਾਡਾ ਖਿਆਲ ਰੱਖਦੇ ਨੇ। ਤੁਸੀਂ ਸੰਗਤ ਦੇ ਬਹਿਣ ਦੀ ਜਗ੍ਹਾ ਦੇ ਵਿੱਚ ਆਪਣਾ ਹਿੱਸਾ ਤਿਲ ਫੁੱਲ ਪਾ ਦਿਓ, ਤੁਹਾਡੇ ਲੋਕ ਪਰਲੋਕ ਦੇ ਵਿੱਚ ਪਰਦੇ ਟੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੇ ਸਿਰ 'ਤੇ ਲੈ ਲੈਣਗੇ। ਭਾਗਾਂ ਵਾਲਿਓ, ਇਹ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜੋ ਇਹ ਵੱਡਾ ਯੱਗ ਮੇਰੇ ਮਨ ਦੀ ਭਾਵਨਾ, ਜਲਦੀ ਤੋਂ ਜਲਦੀ ਇਹ ਹਾਲ ਬਣ ਕੇ ਤਿਆਰ ਹੋਵੇ, ਔਰ ਸੰਗਤਾਂ ਇਹਦੇ ਵਿੱਚ ਕਥਾ ਕੀਰਤਨ ਸੁਣਨ, ਲਾਭ ਲੈਣ। ਔਰ ਇਹ ਇੱਛਾ ਹੈ ਦਾਸ ਦੀ ਕਿ ਜਿਹੜਾ ਬਿਲਕੁਲ ਵੀ ਦਸਵੰਧ ਨਹੀਂ ਨਾ ਕੱਢਦਾ, ਉਹ ਵੀ ਜਦੋਂ ਆਪਣੇ ਜੋ ਜੇਬ ਖਰਚੇ ਦੇ ਵਿੱਚੋਂ ਦਸਵੰਧ ਕੱਢ ਕੇ ਇਸ ਸੇਵਾ ਦੇ ਕੁੰਭ ਦੇ ਵਿੱਚ ਹਿੱਸਾ ਪਾਏਗਾ, ਕਿਸੇ ਨਾ ਕਿਸੇ ਢੰਗ ਨਾਲ ਉਹਦੀ ਵੀ ਸਾਂਝ ਗੁਰੂ ਰਾਮਦਾਸ ਦੇ ਨਾਲ, ਬਾਬਾ ਦੀਪ ਸਿੰਘ ਦੇ ਨਾਲ ਬਣ ਜਾਏਗੀ। ਆਓ ਭਾਗਾਂ ਵਾਲਿਓ, ਇਹ ਸਾਰੇ ਕਾਰਜਾਂ ਨੂੰ ਸੰਕੋਚ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਪੰਥਕ ਕਾਰਜ ਦੇ ਵਿੱਚ ਸਹਿਯੋਗ ਦੇਣ ਦਾ ਸਮਾਂ ਹੈ। ਜਿਵੇਂ ਬਾਬਾ ਸੇਵਾ ਸਿੰਘ ਜੀ ਮਹਾਂਪੁਰਖ, ਗੁਰੂ ਕੇ ਮਹਿਲ ਦੀ ਉਸਾਰੀ ਚੱਲ ਰਹੀ ਸੀ ਅਤੇ ਉਹ ਰਿਕਸ਼ਿਆਂ ਵਾਲਿਆਂ ਦੇ ਕੋਲ ਸੇਵਾ ਇਕੱਠੀ ਕਰਨ ਵਾਸਤੇ ਤੁਰ ਪਏ ਅਤੇ ਸੇਵਾਦਾਰਾਂ ਨੇ ਕਿਹਾ, ਮਹਾਂਪੁਰਖੋ, ਆਪ ਜੀ ਰਿਕਸ਼ੇ ਵਾਲਿਆਂ ਦੇ ਕੋਲੋਂ ਸੇਵਾ ਇਕੱਠੀ ਕਰ ਰਹੇ ਹੋ, ਕੋਈ 25 ਪੈਸੇ ਦੇ ਰਿਹਾ, ਕੋਈ 50 ਪੈਸੇ, ਕੋਈ 1 ਰੁਪਈਆ, ਸਾਡੇ ਕੋਲ ਤਾਂ ਇੰਨੇ ਵੱਡੇ ਵੱਡੇ ਸੰਗੀ ਬੈਠੇ ਨੇ, ਕੋਈ 5 ਹਜ਼ਾਰ ਦਿੰਦਾ, 10 ਹਜ਼ਾਰ, ਕੋਈ 1 ਲੱਖ ਰੁਪਈਆ ਦੇ ਰਿਹਾ, ਇਹ ਰਿਕਸ਼ੇ ਵਾਲਿਆਂ ਕੋਲੋਂ ਇੱਦਾਂ ਸੇਵਾ ਕਿਉਂ ਇਕੱਠੀ ਕਰ ਰਹੇ? ਅਤੇ ਬਾਬਾ ਸੇਵਾ ਸਿੰਘ ਜੀ ਮਹਾਂਪੁਰਖਾਂ ਨੇ ਬਚਨ ਕੀਤਾ, ਕਹਿਣ ਲੱਗੇ, ਪਿਆਰਿਆ, ਅਸੀਂ ਚਾਹੁੰਦੇ ਹਾਂ ਕਿ ਇਹ ਰਿਕਸ਼ੇ ਵਾਲੇ ਦਾ ਵੀ ਕਿਸੇ ਨਾ ਕਿਸੇ ਢੰਗ ਨਾਲ ਭਲਾ ਹੋ ਜਾਵੇ। ਕਹਿੰਦੇ ਜਦੋਂ ਇਹਦੇ ਦਿੱਤੇ ਦਸਵੰਧ ਵਿੱਚੋਂ 2 ਇੱਟਾਂ ਵੀ ਗੁਰੂ ਕੇ ਮਹਿਲ ਦੀ ਕਾਰ ਸੇਵਾ ਦੇ ਵਿੱਚ ਲੱਗ ਗਈਆਂ, ਉਸਾਰੀ ਦੇ ਵਿੱਚ ਲੱਗ ਗਈਆਂ, ਉਸ ਇਮਾਰਤ ਦੇ ਵਿੱਚ ਲੱਗ ਗਈਆਂ, ਅਤੇ ਇਹਦੀ ਵੀ ਸਾਂਝ ਗੁਰੂ ਤੇਗ ਬਹਾਦਰ ਸਾਹਿਬ ਦੇ ਘਰ ਦੇ ਨਾਲ ਬਣ ਜਾਏਗੀ। ਅਤੇ ਆਓ, ਗੁਰੂ ਰਾਮਦਾਸ ਬਾਬਾ ਦੀਪ ਸਿੰਘ ਦੇ ਘਰ ਦੇ ਨਾਲ ਸਾਂਝ ਬਣਾਉਣ ਦਾ ਵੇਲਾ ਆਇਆ। ਵੱਧ ਤੋਂ ਵੱਧ ਆਪ ਜੀਆਂ ਨੇ ਸਹਿਯੋਗ ਕਰਨਾ। TV ਸਕਰੀਨ ਦੇ ਉੱਤੇ ਨੰਬਰ ਚੱਲਦੇ ਨੇ, ਇਹਨਾਂ ਨੰਬਰਾਂ ਦੇ ਉੱਤੇ ਆਪ ਜੀ ਨੇ ਜੋ ਆਪਣੀ ਸੇਵਾ ਪੇਟੀਐੱਮ, ਗੂਗਲ ਪੇ, ਫੋਨਪੇ ਵੀ ਕਰ ਸਕਦੇ ਹੋ, ਔਰ ਅਕਾਊਂਟ ਡਿਟੇਲ ਵੀ TV ਸਕਰੀਨ ਦੇ ਉੱਤੇ ਚੱਲ ਰਹੀ ਸਕਰੀਨਸ਼ੋਟ ਲੈ ਲਓ, ਇਹਦੀ ਫੋਟੋ ਖਿੱਚ ਲਓ, ਔਰ ਆਪਣੀ ਸੇਵਾ ਤੁਸੀਂ ਇਹਨਾਂ ਅਕਾਊਂਟਾਂ ਦੇ ਵਿੱਚ ਪਾ ਕੇ ਸਾਨੂੰ ਦਿੱਤੇ ਹੋਏ ਨੰਬਰਾਂ ਦੇ ਉੱਤੇ ਮੈਸੇਜ ਜ਼ਰੂਰ ਕਰ ਦੇਣਾ ਅਸੀਂ ਇੰਨੀ ਸੇਵਾ ਜੋ ਭੇਜੀ ਹੈ ਟਰੱਸਟ ਨੂੰ, ਤਾਂ ਜੋ ਤੁਹਾਨੂੰ ਰਸੀਦ ਅਤੇ ਸਤਿਕਾਰ ਸਮੇਂ ਸਿਰ ਪਹੁੰਚਾਇਆ ਜਾ ਸਕੇ। ਔਰ ਇੱਕ ਵਿਸ਼ੇਸ਼ ਬੇਨਤੀ, ਆਪ ਜੀ ਇਹ ਸੇਵਾਵਾਂ ਦੇ ਕਾਰਜਾਂ ਦੇ ਵਿੱਚ ਪੱਕੇ ਮਹੀਨਾਵਾਰੀ ਡੋਨਰ ਵੀ ਬਣ ਸਕਦੇ ਹੋ ਕਿ ਹਰ ਮਹੀਨੇ ਅਸੀਂ ਟਰੱਸਟ ਨੂੰ ਇੰਨਾ ਦਸਵੰਧ ਭੇਜਣਾ ਹੀ ਭੇਜਣਾ। ਉਹ ਨੰਬਰ ਵੀ ਤੁਹਾਡੇ TV ਸਕਰੀਨ ਦੇ ਉੱਤੇ ਫਲੈਸ਼ ਹੋ ਰਿਹਾ। ਆਪ ਜੀ ਇਸ ਨੰਬਰ ਦੇ ਉੱਤੇ ਫੋਨ ਕਰਕੇ ਮੈਸੇਜ ਕਰਕੇ ਕਿ ਅਸੀਂ ਇੰਨਾ ਦਸਵੰਧ ਹਰ ਮਹੀਨੇ ਟਰੱਸਟ ਨੂੰ ਭੇਜਿਆ ਕਰਾਂਗੇ, ਆਪ ਜੀ ਆਪਣਾ ਮੈਸੇਜ ਦਿਓ, ਔਰ ਸਾਡੇ ਵੱਲੋਂ ਤੁਹਾਨੂੰ ਫਿਰ ਡੋਨਰ ਨੰਬਰ ਦੇ ਦਿੱਤਾ ਜਾਏਗਾ ਕਿ ਤੁਹਾਡਾ ਇੰਨਾ ਨੰਬਰ ਡੋਨਰ ਹੈ, ਫਿਰ ਉਸ ਮੁਤਾਬਕ ਤੁਸੀਂ ਹਰ ਮਹੀਨੇ ਆਪਣੀ ਸੇਵਾ ਟਰੱਸਟ ਦੇ ਅਕਾਊਂਟ ਦੇ ਵਿੱਚ ਪਾ ਸਕਦੇ ਹੋ। ਇਹ ਮੇਰੀ ਬੇਨਤੀ, ਮੋਢੇ ਨਾਲ ਮੋਢਾ ਜੋੜ ਕੇ ਆਓ, ਇਸ ਮੁਹਿੰਮ ਦੇ ਵਿੱਚ ਸ਼ਾਮਲ ਹੋਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।